अच्छा लोहरी हो गया। अच्छा ठीक है। हेलो सत श्रीकाल सारा की हाल चाल सारे का। आप पहुंचे गड़ी का ही शनि मंदिर धर्मपुरा कलोनी शनि मंदिर ना शनि मंदिर इतने भाजी एक बेलपुड़ी वाला बड़ा घैंट बेलपुड़ी बनाते आप आए हैं भाजी को खाने कि एड्रेस पूरा दस की रेट वगैरा चेक कर दे की आ। सत श्री अकाल भाजी की हाल वधिया ते भाजी की बनांदे हो तुसीं बेलपुड़ी होर की बेलपुड़ी 20 रुपए सारिया लिखिया जे ते गोला भी इना को हैगा जे ठीक है ते ये भी चेक करते हैं ते भाजी को चेक करते हैं किवें बनांदे हो भाजी केड़ी बेलपुड़ी बना रहे हो सिंपल बना रहे हड्डी बनाए फिर की पाते हुए इन्हें नमकीन पा के बना दो। हाँ जी कर दो घैंट ही बना दो मिर्च तेज के नॉर्मल ठीक ठीक रखो ज्यादा तेज भी ना हो पहला आलू आ गए जी छोटे बनाए प्लेट एक दो एक बनाए पहला मिर्च वाली है फर्स्ट है क्या आ गया आलू भाई तेरा नाम की है भाई मेरा नाम कृष्ण कुमार अरोड़ा वा अच्छा मेरे फादर जी बंत कुमार अरोड़ा किला मंडी मशहूर गोले लांदे अच्छा ये कितने साल तो दुकान ਤੁਹਾਡੀ ਇਹ ਭਾਈ 70 ਸਾਲ ਹੋ ਗਏ ਆ 70 ਸਾਲ ਕੀ ਬਾਤ ਹੈ ਮੈਂ ਆਜ਼ਾਦੀ ਦੇ ਟਾਈਮ ਮਤਲਬ ਆਜ਼ਾਦੀ ਦੇ ਟਾਈਮ ਦੀ ਭਾਈ ਡੈਡੀ ਫਾਦਰ ਮੇਰੇ ਬੋਲਦੇ ਸੁਣਦੇ ਨਹੀਂ नमकीन आ गई अपनी तैयार हो गई जे खट्टी मिट्टी दोनों पानी ने हां जी हां जी पा दो चटनी आ गई खट्टी मिट्टी अब फिर कैमरा बिल्कुल आ गया हां जी ते भाजी कोला तैयार हो गई आ ठीक है बाकी इधर सारे वीर खा रहे हैं बिल्कुल बिल्कुल ते बाकी गोला चेक करते हैं अपना गोले वाले वाले आने हैं ते भाजी इस अलावा की और तुहाडे को गोले तो अलावा अच्छा अच्छा ठीक है जी बाकी यार घैंट जी भाजी को खाने गोला इधर है बिलकुल
ਭਾਜੀ ਕਰ ਦਿਓ ਗੋਲਾ ਗੋਲਾ ਕਰ ਦਿਓ ਤਿਆਰ ਇਮਲੀ ਵਾਲਾ ਕਰਿਓ ਹਾਂਜੀ ਭਾਜੀ ਦਾ ਕੀ ਪ੍ਰਾਈਜ਼ ਆ ਲੈਮਨ ਦਾ 20 ਲੈਮਨ ਦਾ 20 ਭਾਜੀ ਉਹ ਸਾਰੀ ਹੈ ਅੱਛਾ ਅੱਛਾ 150 ਚਾਹੇ ਪਿੱਛੇ ਲੈਮਨ ਗੋਲਾ ਤਿਆਰ ਹੋਣ ਲੱਗਾ ਜੀ ਹਾਂਜੀ ਇਮਲੀ ਗੋਲਾ 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 ਬੜਾ ਖਾਧਾ ਨਿੱਕੇ ਹੁੰਦੇ ਬਚਪਨ 'ਚ ਅੱਜ ਬੜੇ ਚਿਰ ਬਾਅਦ ਖਾਣ ਲੱਗਾ ਹੋਰ ਕਿਹੜੇ ਕਿਹੜੇ ਭਾਅ ਜੀ ਤੁਹਾਡੇ ਕੋਲ ਕਿੰਨੇ ਫਲੇਵਰ ਤੁਹਾਡੇ ਕੋਲ ਆਏ ਦੇ ਆ ਗੋਲੇ ਦੇ ਅੱਛਾ ਅੱਛਾ ਲੋ ਜੀ ਹੋ ਗਿਆ ਅੱਛਾ ਠੀਕ ਆ ਠੀਕ ਆ ਉੱਧਰ ਆ ਗਈ ਇਮਲੀ ਮਸਾਲਾ ਆ ਗਿਆ ਜੇ ਤੇ ਤੁਸੀਂ ਕਹਿੰਦੇ ਲੈਮਨ ਲੈਮਨ ਸਭ ਕੁਝ ਵਿੱਚ ਸੇਮ ਇਮਲੀ ਵਾਲਾ ਬੋਲਣਾ ਹਾਂ ਇਮਲੀ ਲੈਮਨ ਇਹ ਹੁੰਦਾ ਹੈ ਖੱਟਾ ਮਿੱਠਾ ਵਾ ਅੱਛਾ 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 ਹਾਂਜੀ ਨਮਕ ਡਾਲ ਪਾਤਾ 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 ਬਸ 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 ਭਾਜੀ ਹਾਂ ਕਰੋ ਚੈੱਕ ਥੋੜੇ ਚਿਰ ਬਾਅਦ ਖਾਣ ਲੱਗਾ ਪੂਰਾ ਗਲਾ ਤਾਂ ਖਰਾਬ ਹੋ ਜਾਣਾ ਪਰ ਖਾ ਲਿਆ ਇਮਲੀ ਦੇ ਗੁੜ ਨਹੀਂ ਜਿੱਦਾਂ ਖੱਟਾਪਨ ਜਿਹੜਾ ਆਉਂਦਾ ਅੱਛਾ ਬਹੁਤ ਮਸਾਲੇ ਹੈਗਾ ਤੇਜ਼ ਆ ਕਾਫੀ ਸਵਾਦ ਆਇਆ ਜੀਵ ਲਾਲ ਹੋਏ ਤੁਸੀਂ ਦਿਖਾ ਦਿਓ ਭਾਈ ਜੀ ਨਾ ਭਾਈ ਜੀਭਾ ਲਾਲ ਜੀ ਧਾਨੇ ਨਾਲ ਇਹ ਖਾ ਪੀ ਕੇ ਚੱਲੇ ਹਾਂ ਬਹੁਤ ਵਧੀਆ ਇਹਨਾਂ ਦਾ ਅਤੇ ਇੱਧਰ ਵੀ ਆਹ ਜਿਹੜਾ ਨਾ ਆਹ ਮਸਾਲਾ ਨਾ ਮਸਾਲਾ ਬੜਾ ਘੈਂਟ ਜੇ ਹੈ ਭਾਅ ਜੀ ਅੜ ਮਸਾਲੇ 'ਚ ਕੀ ਪਾਉਂਦੇ ਹੋ ਤੁਸੀਂ ਕਾਲੀ ਮਿਰਚ ਆਹ ਬੜੀ ਚੀਜ਼ ਘੈਂਟ ਜੇ ਹੋਰ ਘੈਂਟ ਜੇ ਚੱਲਦੇ ਹਾਂ ਬਾਕੀ ਹਾਂਜੀ ਸਵਾਦ ਲੱਗਾ ਕਿ ਨਹੀਂ ਵੇਲ ਪੁੜੀ ਵੀ ਸਵਾਦ ਸੀ ਅਤੇ ਜਿਹੜਾ ਬਰਫ਼ ਦਾ ਗੋਲਾ ਉਹ ਤਾਂ ਆਂਟੀ ਯਾਰ ਕਿਤੇ ਉਹ 'ਚ ਜਿਹੜਾ ਮਸਾਲਾ ਪਾਇਆ ਨਾ ਬਾਅਦ 'ਚ ਯਾਰ ਮੈਂ ਦੋ ਵਾਰੀ ਪਵਾਇਆ ਕੋਲ ਉਹ ਬੜਾ ਘੈਂਟ ਹੀ ਪਾਣੀ ਕਾਲੀ ਮਿਰਚ ਪਾਣੀ ਕੀ ਪਾ ਸੀ ਐਂਡ ਕਰਾਉਂਦਾ ਸੀ ਉਹ ਤਾਂ ਬਾਕੀ ਬਹੁਤ ਵਧੀਆ ਸੀ ਅਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਬਸ ਉਸ ਤੋਂ ਬਾਅਦ ਹੁਣ ਬਾਬੇ ਦੇ ਵਿਆਹ ਦੇ ਲੋਕ ਆਉਣਗੇ ਨੀਰਾ ਬੜਾ ਹੋ ਚੁੱਕਾ ਚੈੱਕ ਕਰੋ ਅਤੇ ਆ ਗਿਆ ਜੀ ਰਾਪਾਰਕ